ਹਾਂਜੀ ਵੀਰ ਜੀ ਆਪਣਾ ਨਾਮ ਦੱਸ ਕੇ। ਮੇਰੇ ਨਾਂ ਕਹਿੰਦੇ ਬੂਟਾ ਸਿੰਘ ਜੀ, ਅੰਮ੍ਰਿਤਸਰ। ਅਤੇ ਬੂਟਾ ਜੀ, ਕੀ ਕਾਰਨ ਸੀ ਤੁਸੀਂ ਜਿਹੜਾ ਅਨਿਲ ਜੋਸ਼ੀ ਜਿਹੜਾ ਮਿੰਨੀ ਸਮਾਰੋਹ ਸੀ ਉੱਥੇ ਜਿਹੜਾ ਤੁਸੀਂ ਸੁਬੀਰ ਬਾਦ ਦੀ ਜੁੱਤੀ ਫੇਂਕੀ? ਜੁੱਤੀ ਤਾਂ ਜੀ ਰੋਸ ਹੈਗਾ ਸੀ ਮਨ ਦੇ ਵਿੱਚ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਦੇ ਰਾਜ ਵਿੱਚ ਹੋਈ ਹੈ, ਕੋਈ ਇਨਸਾਫ ਨਹੀਂ ਮਿਲਿਆ, ਠੀਕ ਹੈ। ਅਤੇ ਜਿਹੜਾ ਉਦਣ ਵਿਸ਼ਾ ਮੈਨੂੰ ਮਿਲਿਆ ਉਹ ਇਹ ਸੀਗਾ, ਮੈਂ ਇੱਥੋਂ ਘਰੋਂ ਮੱਥ ਕੇ ਗਿਆ ਸੀ ਮੈਂ ਤਾਂ, ਹੈ ਨਾ। ਅਤੇ ਵੀ ਇਹ ਜੇ ਮੈਨੂੰ ਕਿਤੇ ਮਿਲ ਜਾਂਦਾ ਮੈਂ ਇਹਦੇ ਚਪੇੜ ਮਾਰਨੀ ਸੀ। ਉਹ ਤਾਂ ਜੁੱਤੀ ਤਾਂ ਚਲੋ ਉੱਥੇ ਛੱਡ ਦਿੱਤੀ ਮੈਂ, ਹੈ ਨਾ। ਅਤੇ ਜਦੋਂ ਮੈਂ ਉੱਥੇ ਗਿਆ, ਮਿਲੇ ਤਾਂ ਹੈ ਨਹੀਂ, ਇਹ 6 ਵਜੇ ਆਇਆ, ਲੇਟ ਹੋ ਗਿਆ ਸੀ, ਹੈ ਨਾ, 5 ਵਜੇ ਆਉਣਾ ਸੀ ਇਹਨੇ ਪਹਿਲਾਂ। ਅਤੇ ਉੱਥੇ ਜਦੋਂ ਮੈਂ ਗਿਆ ਜਾ ਕੇ ਉੱਥੇ ਸਟੇਜ ਦੇ ਉੱਪਰ ਝੂਠ ਤੂਫਾਨ, ਕਹਿੰਦਾ ਜੀ ਮੈਂ 4,500 ਕਰੋੜ ਰੁਪਇਆ ਅੰਮ੍ਰਿਤਸਰ 'ਤੇ ਲਾ ਕੇ ਕੈਲੀਫੋਰਨੀਆ ਬਣਾਤਾ, ਹੋਰ ਤੁਸੀਂ ਕੀ ਚਾਹੁੰਦੇ ਹੋ, ਹੈ ਨਾ, ਇਹੋ ਜਿਹੇ ਗੱਪ। ਹੁਣ ਇਹ ਗੱਪ ਕਿੱਦਾਂ ਸੁਣੇ ਜਾ ਸਕਦੇ ਆ ਜੀ, ਠੀਕ ਹੈ, ਸ਼ਰੇਆਮ ਸੀ ਇਹ। ਅਤੇ ਫਿਰ ਮੈਥੋਂ ਰਿਹਾ ਨਹੀਂ ਗਿਆ, ਹੈ ਨਾ। ਅਤੇ ਮੈਂ ਗੁੱਸੇ ਵਿੱਚ ਉੱਠ ਕੇ ਪਹਿਲਾਂ ਇਹਨੂੰ ਮੈਂ ਚੰਗੀ ਤਰ੍ਹਾਂ ਲਲਕਾਰ ਕੇ ਕਿਹਾ, ਮੈਂ ਯਾਰ ਕਿਉਂ ਝੂਠ ਬੋਲੀ ਜਾਣਾ, ਹੈ ਨਾ, ਅਤੇ ਸ਼ਰਮ ਨਹੀਂ ਆਉਂਦੀ ਮੈਂ ਤੈਨੂੰ। ਅਤੇ ਫਿਰ ਜੁੱਤੀ ਮੈਂ ਮਰਜ਼ੀ ਭਗਾ ਕੇ, ਹੈ ਨਾ। ਅਤੇ ਫਿਰ ਇਹਦੇ ਜਿਹੜੇ ਸਿਕਿਉਰਟੀ ਗਾਰਡ ਦੇ ਗਨਮੈਨ ਹੈਗੇ ਸੀ, ਇਹਦੇ ਮੇਨ ਆਪਦੇ ਹੁੰਦੇ ਆ, ਉਹ ਭੱਜ ਕੇ ਆ ਗਏ ਕੋਲ, ਇੱਕ ਫੇਰ ਮੈਂ ਧੱਕੇ ਨਾਲ ਮਾਰਤੀ, ਦੋਨੇ ਛੱਡਤੀਆਂ, ਹੈ ਨਾ। ਚਲੋ ਉਦੋਂ ਬਾਅਦ ਦੇ ਵਿੱਚ ਫਿਰ ਇਹ ਪੁਲਿਸ ਆ ਗਈ ਬਾਹਰੋਂ ਭੱਜ ਕੇ, ਹੈ ਨਾ, ਉੱਥੇ ਕੋਲ ਵੀ ਹੈਗੀ ਸੀ, ਅਤੇ ਉਹ ਫੜ ਕੇ ਮੈਨੂੰ ਬਾਹਰ ਲੈ ਆਏ, ਹੈ ਨਾ। ਅਤੇ ਚੌਂਕੀ ਲੈ ਗਏ ਸੀ ਉੱਥੇ, ਇੱਕ ਰਾਤ 3 ਦਿਨ ਉੱਥੇ ਰਿਹਾ, ਅਤੇ ਜਵੰਤ ਹੋਈ ਹੈ, ਅਤੇ ਕੱਲ੍ਹ ਜਵੰਤ ਹੋਈ ਹੈ। ਹਾਂਜੀ, ਪਰਚਾ 7:55 ਹੀ ਹੁੰਦਾ ਜੀ, ਉਹ ਕਹਿੰਦੇ ਤੁਸੀਂ ਮਾਹੌਲ ਖਰਾਬ ਕੀਤਾ ਸੀਗਾ, ਅਤੇ ਇਸ ਕਰਕੇ ਚਲੋ ਉਹਨਾਂ ਦੀ ਕਾਰਵਾਈ ਬਣਦੀ ਆ, ਕਰਨਾ ਚਾਹੀਦਾ ਡਿਊਟੀ ਦੇ ਅਫਸਰ ਨੇ, ਹੈ ਨਾ, ਮੌਕੇ 'ਤੇ। ਪਰ ਤੁਹਾਨੂੰ ਡਰ ਨਹੀਂ ਲੱਗਾ, ਇੰਨੇ ਲੋਕ ਉੱਥੇ ਬੈਠੇ ਸੀ, ਕਾਫੀ ਗੱਲ ਕਰਤਾ ਸੀ, ਤੁਸੀਂ ਇਕੱਲੇ ਗਏ ਸੀ ਜਾਂ ਹੋਰ ਵੀ ਨਾਲ ਸੀ? ਨਹੀਂ, ਮੈਂ ਇਕੱਲਾ। ਡਰ ਕਾਹਦਾ ਜੀ, ਡਰਨ ਦਾ ਇਹਨਾਂ ਤੋਂ ਕਾਹਦਾ, ਉਹ ਚੋਰਾਂ ਤੋਂ ਕਾਹਦਾ ਡਰ ਹੁੰਦਾ ਜੀ, ਇਹ ਤਾਂ ਫਿਰ ਚੋਰ ਸਾਡੇ ਘਰਾਂ ਜਾ ਵੜਨਗੇ ਜੇ ਡਰਨਾ ਹੀ ਇਹਨਾਂ ਤੋਂ। ਮੈਂ ਤਾਂ ਪਹਿਲੀ ਇਹ ਮਨਸੂਬਾ ਮੇਰਾ ਹੈਗਾ ਸੀਗਾ ਜੀ, ਬਣਾ ਕੇ ਗਿਆ ਸੀ ਘਰੋਂ, ਮੈਂ ਕਿਹਾ ਵੀ ਕੁਛ ਵੀ ਹੋ ਸਕਦਾ, ਉੱਥੇ ਕਿੰਨਾ ਘੱਟ ਸੀ, ਹੈ ਨਾ। ਅਤੇ ਚਲੋ ਪਰਮਾਤਮਾ ਸਾਥ ਦਿੰਦਾ ਜੀ, ਮੈਂ ਚੰਗੇ ਲਈ ਗਿਆ ਸੀਗਾ, ਆਪਣੀ ਕੌਮ ਨੂੰ ਜਗਾਉਣ ਲਈ ਗਿਆ ਸੀਗਾ। ਇਹ ਲੋਕ ਉਹਦਾ ਤਾਂ ਗੱਲ ਕਰਦੇ ਨਹੀਂ, ਇਹ ਤਾਂ ਛਿੱਤਰਾਂ ਦੇ ਜਾ ਰਹੇ, ਜਾਂ ਜੁੱਤੀ ਮਾਰੋ ਜਾਂ ਛਿੱਤਰ ਮਾਰੋ, ਫਿਰ ਗੱਲ ਸੁਣਦੇ ਨੇ, ਉਹਦਾ ਸੁਣਦੇ ਨੇ ਇਹ। ਅਤੇ ਜੇ ਕੁਛ ਹੋ ਜਾਂਦਾ ਤਾਂ ਵੀ ਕੋਈ ਚੱਕਰ ਨਹੀਂ ਸੀਗਾ ਜੀ, ਕੋਈ ਵੱਡੀ ਗੱਲ ਨਹੀਂ। ਹਾਂ, ਜੋਸ਼ੀ ਸਾਹਿਬ ਦੇ 2 ਦਿਨ ਪਹਿਲਾਂ ਮੇਰੀ ਗੱਲ ਹੋਈ ਸੀ, ਉਹ ਕਹਿੰਦੇ ਮੈਂ ਮਿਲਾ ਦੂੰਗਾ ਜੋਸ਼ੀ ਸਾਹਿਬ, ਕਹਿੰਦੇ ਹਨ। ਅਤੇ ਪਰ ਜਿੱਦਣ ਮੈਂ ਗਿਆ ਉੱਦਣ ਨਹੀਂ ਗੱਲ ਹੋਈ, ਉਹਨੂੰ ਫੋਨ ਚੱਕਿਆ ਹੀ ਨਹੀਂਗਾ। ਅਤੇ ਜੇ ਮਿਲ ਜਾਂਦਾ ਬਾਹਰ ਹੀ ਕਿਤੇ, ਫਿਰ ਅੰਦਰ ਮੈਂ ਜਾਣਾ ਨਹੀਂ ਸੀ, ਮੈਂ ਤਾਂ ਬਾਹਰ ਹੀ ਛਿੱਤਰ ਫੇਰਦਾ ਫੜ ਕੇ ਉਹਦੇ, ਕੁਛ ਵੀ ਹੁੰਦਾ ਚਾਹੇ। ਇਹ ਮੈਂ ਗੁੱਸਾ ਸੀ ਮੇਰੇ ਮਨ ਦੇ ਵਿੱਚ ਪੂਰਾ, ਹੁਣ ਵੀ ਗੁੱਸਾ ਜੀ ਰਹੂਗਾ। ਜਿੰਨਾ ਚਿਰ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਇਹ ਲੋਕ ਦਿੰਦੇ ਨਹੀਂ, ਜਿਹੜੇ ਸੱਤਾ ਵਿੱਚ ਹੈਗੇ ਉਹਨਾਂ ਚਿਰ ਗੁੱਸਾ ਰਹੂਗਾ ਹੀ ਰਹੂਗਾ ਜੀ, ਠੀਕ ਹੈ। ਮੈਨੂੰ ਤਾਂ ਖਾਸ ਕਰਕੇ ਰਹੂਗਾ, ਮੈਂ ਦੇਖੋ ਅੰਗਹੀਣ ਬੰਦਾ, ਹੈ ਨਾ, ਮੈਨੂੰ ਜੋ ਕੁਛ ਤੋਰੀ ਫੁਲਕਾ ਮਿਲਦਾ ਮੈਨੂੰ ਗੁਰੂ ਘਰ 'ਚ ਮਿਲਦਾ, ਠੀਕ ਹੈ। ਜੇ ਮੈਂ ਨਹੀਂ ਬੋਲੂੰਗਾ ਹੋਰ ਕੌਣ ਬੋਲੂਗਾ ਜੀ, ਠੀਕ ਹੈ। ਅਤੇ ਜਿਹੜੇ ਗੁਰੂ ਸਾਹਿਬ ਦੀ ਗੋਦ ਵਿੱਚ ਬਹਿ ਕੇ ਮੈਂ ਲੋਕਾਂ ਦੀਆਂ ਗੱਲਾਂ ਕਰਦਾ ਜਾਂ ਗੁਰੂ ਸਾਹਿਬ ਦੀ ਗੱਲ ਕਰਦਾ, ਹੈ ਨਾ, ਕਥਾ ਕਰਦਾ, ਹੈ ਨਾ, ਵਿਚਾਰ ਕਰਦਾ, ਅਤੇ ਉਹ ਗੁਰੂ ਸਾਹਿਬ ਦੇ ਕੋਲੋਂ ਮੈਨੂੰ ਮਿਲਿਆ, ਉਸੇ ਗੁਰੂ ਸਾਹਿਬ ਦੀ ਬੇਅਦਬੀ ਕਰਾਤੀ। ਔਰ ਅਸੀਂ ਜਿਹੜੇ ਗੁਰੂ ਨੂੰ ਪੰਜਾਬ ਨੂੰ ਕਹਿੰਦੇ ਗੁਰਾਂ ਦੇ ਨਾਂ 'ਤੇ ਵੱਸਦੇ, ਉਸ ਪੰਜਾਬ ਨੂੰ ਇਹਨਾਂ ਨੇ ਉਜਾੜ ਦਿੱਤਾ ਜੀ। ਅਤੇ ਇਦੋਂ ਵੱਧ ਹੋਰ ਕੀ ਹੋ ਸਕਦਾ, ਹੁਣੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਲੋਕ ਇਹ, ਠੀਕ ਹੈ। ਤਕਰੀਬਨ 15 ਸਾਲ ਤਾਂ ਇਹ ਰਹਿ ਗਏ, 5 ਸਾਲ ਦਾ ਗੈਪ ਹੈ, ਅਤੇ 10 ਸਾਲ ਕਾਂਗਰਸ ਰਹਿ ਗਈ। 25 ਸਾਲ ਦੇ ਵਿੱਚ ਇਹਨਾਂ ਨੇ ਲੁੱਟ ਖਸੁੱਟ ਪੰਜਾਬ ਦੇ ਵਿੱਚ ਇੰਨੀ ਕੀਤੀ ਆ, ਕੋਈ ਕਰ ਹੀ ਨਹੀਂ ਸਕਦਾ। ਮੈਂ ਕਹਿੰਦਾ ਇੰਨੇ ਜ਼ੁਲਮ ਤਾਂ ਔਰੰਗਜ਼ੇਬ ਨੇ ਨਹੀਂ ਕੀਤੇ ਹੋਣੇ ਜੀ, ਜਿੰਨੇ ਲੋਕ ਇਹ ਹੁਣ ਕਰ ਰਹੇ। ਅਤੇ ਇਹ ਗੁੱਸਾ ਸੀ ਮੇਰੇ ਮਨ ਦੇ ਵਿੱਚ, ਠੀਕ ਹੈ, ਇਹ ਰਹੂਗਾ ਜੀ ਗੁੱਸਾ ਬਰਕਰਾਰ, ਜਿੰਨਾ ਚਿਰ ਇਨਸਾਫ ਨਹੀਂ ਦਿੰਦੇ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੀ। ਬਾਦ ਸਾਹਿਬ ਇਹ ਕਹਿ ਰਹੇ ਨੇ ਵੀ ਉਹਨਾਂ ਦਾ ਕੱਖ ਨਾ ਲਵੇ ਜਿਹੜੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਨਹੀਂ ਨਹੀਂ ਜੀ, ਇਹ ਨਾਟਕ ਨੇ, ਤੁਸੀਂ ਜਦੋਂ ਤੁਸੀਂ ਇੰਟਰਵਿਊ ਕੀਤੀ ਹੋਣੀ ਕਿਤੇ ਕਰਕੇ ਦੇਖੋ, ਮੱਥਾ ਪੜ੍ਹ ਕੇ ਦੇਖੋ ਕਿੱਦਾਂ ਤਰੇੜੀਆਂ ਆਉਂਦੀਆਂ ਨੇ। ਝੂਠੇ ਬੰਦੇ ਦੇ ਕਿਤੇ ਓਵੇਸ਼ਨ ਛੁੱਪਦੇ ਆ ਜੀ, ਉਹ ਤਾਂ ਸਰੇਆਮ ਦਾ ਦਿਸ ਰਿਹਾ ਉਹਨਾਂ ਨੂੰ ਵੀ ਉਹਨਾਂ ਨੇ ਆਪ ਕੀਤਾ ਹੋਇਆ ਉਹਨਾਂ ਦਾ। ਦੇਖੋ ਸੁਖਵੀਰ ਬਾਦਲ ਬੋਲਦਾ ਸੱਚ ਹੀ ਹੈ, ਪਰ ਅੰਦਰ ਝੂਠ ਹੈ। ਸੱਚ ਕੀ ਆ, ਉਹ ਕੱਖ ਰਿਹਾ ਵੀ ਨਹੀਂ। ਅਕਾਲੀ ਦਲ ਦੇ ਵਿੱਚ ਕੀ ਰਹਿ ਗਿਆ ਜੀ, ਜਿਹੜਾ ਪਹਿਲਾਂ ਅਕਾਲੀ ਦਲ ਹੈਗਾ ਸੀ ਉਹਦੇ ਵਿੱਚ ਕੁਛ ਹੈਗਾ? ਹੁਣ ਸਾਰੇ ਬੰਦੇ ਖੇਰੋ ਫਿਰੋ, ਕੱਲਾ ਸੁਖਵੀਰ ਬਾਦਲ ਫਿਰਦਾ ਜਮਕਦਾ ਸੜਕਾਂ 'ਤੇ, ਫਿਰਦਾ ਤਾਂਸਾ ਖੇਡਦਾ ਫਿਰਦਾ ਜਵਾਕਾਂ ਦੇ ਨਾਲ, ਠੰਡੇ ਪੀਂਦਾ ਫਿਰਦਾ, ਹੈ ਨਾ, ਹੋਟਲਾਂ ਦੇ ਵਿੱਚ ਆਹਾਂ ਪੀਂਦਾ ਫਿਰਦਾ, ਅਤੇ ਉਹ ਅਕਾਲੀ ਦਲ ਥੋੜ੍ਹੀ ਹੈ ਜੀ। ਨਾਲੇ ਮੈਂ ਇੱਕ ਤੁਹਾਨੂੰ ਹੋਰ ਦੱਸਾਂ, ਬਾਦਲ ਤਾਂ ਸੁਖਵੀਰ ਬਾਦਲ ਤਾਂ ਬਿਜ਼ਨਸਮੈਨ ਬੰਦਾ ਜੀ, ਰਾਜਨੀਤਿਕ ਬੰਦਾ ਤਾਂ ਹੈ ਹੀ ਨਹੀਂ ਉਹ। ਉਹ ਤਾਂ ਬਿਜ਼ਨਸ ਵਧਾਉਣਾ ਚਾਹੁੰਦਾ, ਜਿੰਨਾ ਮਰਜ਼ੀ ਵਧਾ ਲਏ, ਲੋਕਾਂ ਨੂੰ ਲੁੱਟ ਕੇ ਵਧਾਉਣਾ ਜੀ। ਜਿਨ੍ਹਾਂ ਬੰਦਿਆਂ ਨੇ ਇੱਕ ਉਹ ਜਿਹੜੇ ਬ੍ਰੈਡਾਂ ਦੇ ਜਿਹੜੇ ਹੁੰਦੇ ਆ ਡੱਬੇ, ਹੈ ਨਾ, ਉਹਨਾਂ ਵਿੱਚੋਂ 1-1 ਰੁਪਈਆ ਰਿਸ਼ਵਤ ਲਈ ਹੋਈ ਹੈ ਇੱਕ ਡੱਬੇ ਮਗਰ, ਠੀਕ ਹੈ, ਉਹ ਪੰਜਾਬ ਦਾ ਭਲਾ ਕਿੱਦਾਂ ਕਰ ਸਕਦੇ ਜੀ, ਠੀਕ ਹੈ। ਇਹ ਜ਼ਰੂਰੀ ਸੀਗਾ, ਅਤੇ ਇਹ ਗੁੱਸਾ ਸੀ ਮਨ ਦੇ ਵਿੱਚ ਜੀ, ਬਸ ਜੁੱਤੀ ਦਾ ਜਿਹੜਾ ਹੈਗਾ। ਅਤੇ ਹੋਰ ਕੋਈ ਠੇਸ ਪਜਾਉਣ ਦੀ ਗੱਲ ਨਹੀਂ ਸੀ, ਉੱਥੇ ਤਾਂ ਗੁਰਸਿੱਖ ਬੰਦੇ ਸਾਰੇ ਬੈਠੇ ਸੀਗੇ, ਅਤੇ ਮੈਂ ਕਿਸੇ ਦੀ ਪੱਗ 'ਤੇ ਜੁੱਤੀ ਨਹੀਂ ਮਾਰੀ, ਕਿਸੇ ਦਾੜ੍ਹੀ 'ਤੇ ਨਹੀਂ ਮਾਰੀ, ਹੈ ਨਾ, ਕਿਸੇ ਮੂੰਹ 'ਤੇ ਨਹੀਂ ਵੱਜੀ, ਹੈ ਨਾ। ਅਤੇ ਉਹ ਮੈਂ ਭਗਾ ਕੇ ਮਾਰੀ ਹੈ, ਇੱਕ ਰੋਜ਼ ਸੀਗਾ, ਉਹ ਦੱਸਣਾ ਸੀਗਾ ਯਾਰ ਵੀ ਹਾਂ ਤੁਸੀਂ ਸਾਡੀ ਜੁੱਤੀ 'ਤੇ ਵੀ ਯਾਦ ਹੈ ਨਹੀਂ, ਕੀ ਲੋਕਾਂ ਨਾਲ ਲਾ ਰਹੇ ਹੋ, ਬਸ ਆਹੀ ਸੀਗਾ ਜੀ। ਬਾਦ
17 ਦੇ ਵਿੱਚ ਇਹਨਾਂ ਕੋਲ 12 ਕੁ ਸੀਟਾਂ ਆਈਆਂ ਸੀ, ਇਹ 5-7 ਸੀਟਾਂ ਲੈ ਜਾਣ, ਐਤਕੀ ਤਾਂ ਆਪਦੀਆਂ ਨਹੀਂ ਬਚਣੀਆਂ ਇਹਨਾਂ ਦੇ ਕੋਲ, ਇੰਨਾ ਵਿਰੋਧ ਹੋ ਰਿਹਾ ਜੀ। ਇੱਥੇ ਇਹ ਅੰਮ੍ਰਿਤਸਰ ਦੇ ਵਿੱਚ ਕੈਲੀਫੋਰਨੀਆ ਬਣਾਉਂਦਾ ਫਿਰਦਾ। ਤੁਸੀਂ ਲੰਬੀ ਇਹਦਾ ਆਪਦਾ ਹਲਕਾ, ਉੱਥੇ ਨਰਮਾ ਡੁੱਬ ਗਿਆ ਸੀ ਪਿਛਲੇ ਸਾਲ, ਠੀਕ ਹੈ, ਹੜ੍ਹ ਦੇ ਵਿੱਚ, ਹੈ ਨਾ, ਪਾਣੀ ਇੰਨਾ ਆ ਗਿਆ ਸੀ, ਉੱਥੇ ਤਾਂ ਕੁਛ ਹੋਇਆ ਨਹੀਂ ਗਾ ਜੀ, ਇੱਥੇ ਕਿੱਥੇ ਕਰ ਦੇਣਗੇ। ਇਹ ਤਾਂ ਲੋਕਾਂ ਨੂੰ ਬੇਵਕੂ, ਹੁਣ ਦੇਖੋ ਪਹਿਲਾਂ ਗੱਪ ਮਾਰਨ ਦੇ ਤਰੀਕੇ ਹੋਰ ਸੀ, ਹੁਣ ਗੱਪ ਹੋਰ ਤਰੀਕਿਆਂ ਨਾਲ ਮਾਰ ਰਹੇ ਨੇ। ਜਿਹੜੇ ਉੱਥੇ ਇਹਨੇ ਗਲੈਕਸੀ ਪੈਲਸ ਦੇ ਵਿੱਚ ਮਾਰੇ ਆ, ਹੈ ਨਾ, ਗੱਪ ਮਾਰੇ ਆ, ਹੈ ਨਾ, ਅਤੇ ਉਹ ਗੱਪ ਇਹੋ ਜਿਹੇ ਸੀਗੇ ਜਿਹੜੇ ਜਿੱਥੇ ਕਿਸੇ 'ਤੇ ਵਿਸ਼ਵਾਸ ਹੋ ਹੀ ਨਹੀਂ ਸਕਦਾ। ਇਨਕਮ ਦੀ ਗੱਲ ਕਰ ਰਿਹਾ ਜੀ, ਵਪਾਰੀਆਂ ਦੀ ਗੱਲ ਕਰ ਰਿਹਾ ਜੀ, ਹੈ ਨਾ, ਅਤੇ ਅਸੀਂ ਇਨਕਮ ਇੱਦਾਂ ਕਰ ਦੇਂਗੇ, ਵਪਾਰੀਆਂ ਦਾ ਕਰ ਦੇਂਗੇ, ਰਿਸ਼ਤੀਆਂ ਦੀ ਗੱਲ ਕਰ ਰਿਹਾ ਸੀ, ਜ਼ਮੀਨਾਂ ਦੀ ਗੱਲ, ਪ੍ਰੋਪਰਟੀ ਦੀ ਗੱਲ ਕਰ ਰਿਹਾ ਸੀ, ਸਭ ਕੁਛ ਵਿੱਚ ਬਕਵਾਸ ਹੈ ਜੀ, ਕੁਛ ਨਹੀਂ ਹੋਣਾ। ਅਤੇ ਗੱਪ ਲੋਕਾਂ ਨੂੰ ਤਰੀਕੇ ਮਾਰ ਮਾਰ ਕੇ ਦੱਸ ਰਹੇ ਨੇ ਵੀ ਕਿੱਦਾਂ ਲੋਕਾਂ ਨੂੰ ਅਸੀਂ ਤੁੰਗਲ ਵਿੱਚ ਦੁਬਾਰਾ ਫਸਾ ਲਈਏ, ਅਤੇ ਮੇਰਾ ਥੋੜ੍ਹਾ ਰੋਸ ਇਹ ਹੋਰ ਵੱਧ ਗਿਆ। ਮੈਂ ਕਿਹਾ ਯਾਰ, ਹੈ ਨਾ, ਪਹਿਲਾਂ ਲੋਕ ਫਸ ਗਏ ਅਤੇ ਦੁਬਾਰਾ ਹੋਰ ਨਾ ਫਸ ਜਾਣ, ਬਸ ਇਹੀ ਹੈ ਜੀ। ਕਿਹੜੀ ਗੱਲ 'ਤੇ ਤੁਹਾਨੂੰ ਜਿਹੜਾ ਗੁੱਸਾ ਮੇਨ ਜਿਹੜਾ ਹੈ? ਮੇਨ ਗੁੱਸਾ ਤਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਹੈਗਾ ਸੀਗਾ ਜੀ। ਉਹ ਤਾਂ ਮੈਂ ਘਰੋਂ ਬਣਾ ਕੇ ਗਿਆ ਸੀ ਇੱਥੋਂ ਮਨ ਵੀ ਇਹ ਤਾਂ ਮੈਂ ਜੁੱਤੀ ਫੇਰਾਂ, ਚਾਹੇ ਮੈਂ ਥੱਪੜ ਮਾਰਾਂ, ਮੈਂ ਕੁਛ ਵੀ ਕਰਾਂ, ਅਤੇ ਉੱਥੇ ਪਾਰਾ ਹੋਰ ਵੱਧ ਗਿਆ। ਉੱਥੇ ਸਿੱਧਾ ਹੀ ਕਹਿੰਦਾ, ਕਹਿੰਦਾ ਜੀ 4,500 ਕਰੋੜ ਰੁਪਇਆ ਲਾਤਾ ਸੀ ਅੰਮ੍ਰਿਤਸਰ 'ਤੇ, ਹੈ ਨਾ, ਤੁਸੀਂ ਇਕੱਲੇ ਦਰਬਾਰ ਸਾਹਿਬ ਵਗ ਜਾਓ ਜੀ, ਅੰਮ੍ਰਿਤ ਵੇਲੇ ਉੱਠਿਓ, ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਜਦੋਂ ਟੋਇਲਟ ਵਗੈਰਾ ਜਾਂਦੇ ਹੋ ਨਾ, ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਨੇ, ਉੱਥੇ ਬਾਥਰੂਮ ਪੂਰੇ ਨਹੀਂ ਨਾ ਤੋ ਹੋਏ, ਨਾਲੇ ਇਹਨਾਂ ਦਾ ਆਪਣਾ ਆਪਦਾ ਬਜਟ ਹੈ ਉੱਥੇ, ਠੀਕ ਹੈ, ਕਿੰਨਾ ਬਜਟ, ਖਰਬਾਂ ਦਾ ਰੁਪਈਆ ਇਹਨਾਂ ਦੇ ਕੋਲ ਹੈਗਾ ਉੱਥੇ, ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ, ਠੀਕ ਹੈ, ਆਪਣੇ ਹੱਥ ਨਾਲ ਆਪ ਲਾ ਸਕਦੇ, ਉੱਥੇ ਨਹੀਂ ਕੁਛ ਕੀਤਾ, ਅਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿੱਦਾਂ ਲਾ ਸਕਦੇ ਇਹ, ਇਸ ਕਰਕੇ ਸੀਗਾ।